أعوذ بالله من الشيطان الرجيم بسم الله الرحمن الرحيم اللهم صل على سيدنا محمد وعلى آله وصحبه بذات كل معلوم لك ویلکم ٹو رائی بار نالج ٹی وی. آج پھر ہم لوگ ایک نئے ولاگ کے ساتھ حاضر ہوئے ہیں. راوی کی بھینس کو پروموٹ کرنے کے حوالے سے پلیز سبسکرائب آر چینل اینڈ پریس دا بیل آئیکن. آج پھر پیور راوی بفلو بریڈ کے سلوگن کے ساتھ حاضر ہوئے ہیں. ایک راوی کی بھینسوں کے حوالے سے بڑے شوقین ہیں سردار ستار گجر صاحب. ان کے پاس حاضر ہوئے ہیں, ان سے معلوم کرتے ہیں ان کے پاس کون کون سی بلڈ لائنز موجود ہیں, ان کے پاس کون کون سی مشہور بلڈ لائنز ہیں اور ان کا شوق کس لیول پہ ہے اور ان کو یہ شوق کہاں سے لگا اور ان کے استاد محترم استاد بگا ڈوگر کا کیا سٹیٹس تھا اور کس لیول کی بھینس پسند کرتے تھے. تو آئیں ستار گجر صاحب سے ان کے احوال معلوم کرتے ہیں. السلام علیکم جی. وعلیکم السلام. اچھا بولنا ہے ٹھیک ہے. ہاں جی کی حال ہے؟ ٹھیک ہو؟ ہاں جی الحمدللہ. اپنا تعارف کرا دیو. ستار گجر جی چک موزا مندانا کھول. ٹھیک ہو گیا. یہ شوق کنے عرصے دا تہاڈا؟ اے جی ساڈے پیو دا تے شوق ہے. تے اپنا کیڑی کیڑی ماج تسی رکھی تے کیڑی کیڑی بلڈ لائن لئی ودیو؟ اے ساڈے کول جی راوی لائن دی بلڈ ہے جی. اچھا جی. ہاں جی مار امداد کاٹھیا اون دی مہربانی انہاں تاں او دی شفقت اور مہربانی ہے کہ جڑے نے سانو توتے کسن پاڑا دی ਮੱਝਾਂ ਦੀ ਬਰੀਡਿੰਗ. ਅੱਛਾ ਉਹਨਾਂ ਕੋਲ ਅੱਛੀਆਂ ਮੱਝਾਂ ਨੇ? ਉਹ ਉਹਦੇ ਕੋਲ ਬਹੁਤ ਅੱਛੀਆਂ ਮੱਝਾਂ ਨੇ, ਮਤਲਬ ਆਊਟ ਕਲਾਸ ਚੀਜ਼ਾਂ. ਹਾਂਜੀ ਬੜੀ ਟਾਪ ਕਲਾਸ ਦੀ ਮੱਝਾਂ ਨੇ. ਹਾਂਜੀ ਠੀਕ ਹੋ ਗਿਆ. ਉਹਨਾਂ ਕਿੱਥੋਂ ਲਈਆਂ ਨੇ ਮੱਝਾਂ? ਮਾਰ ਇਮਦਾਦ ਕਾਠੀ ਸਾਹਿਬ. ਮਾਰ ਇਮਦਾਦ ਨੇ ਜੀ ਲਈਆਂ ਹੈਗੀਆਂ ਤੋਤੇ ਕਿਸਨ ਪਾਲਾ ਤੋਂ. ਅੱਛਾ ਜੀ ਉਹਨਾਂ ਕੋਲ ਕਿਵੇਂ ਆ ਗਈਆਂ? ਉਹਨਾਂ ਕੋਲ ਜੀ ਮਾਰ ਚੌਧਰੀ ਬੱਗਾ ਸੇਠ ਡੋਗਰ ਸਾਹਿਬ ਨੇ ਮੱਝਾਂ ਦੀ ਇਹਨਾਂ ਨੂੰ ਬਰੀਡਿੰਗ ਦਿੱਤੀ ਹੈ. ਕਿੰਨਾ ਐਸਾ ਪਹਿਲੇ? ਇਹ ਜੀ ਤਕਰੀਬਨ 35-40 ਸਾਲ ਤੋਂ ਉਹਨਾਂ ਕੋਲ. ਹਾਂਜੀ ਤੇ ਇਮਦਾਦ ਦੇ ਵਾਲਿਦ ਦਾ ਨਾਮ ਕੀ? ਨੂਰ. ਨੂਰ ਕਾਠੀਆ ਸਾਹਿਬ. ਕਾਠੀਆ ਸਾਹਿਬ. ਉਹ ਰਹਿਸ਼ੀ ਕਿੱਥੋਂ ਦੇ ਨੇ? ਇਹ ਹੈਣ ਜੀ ਆਪਣੇ ਬਾ ਵਾਲੀ ਪੌੜ ਤੋਂ. ਠੀਕ ਹੋ ਗਿਆ. ਉਸਤਾਦ ਬੱਗਾ ਡੋਗਰ ਕਿਵੇਂ ਦੇ ਆਣ ਬੰਦੇ ਤੇ ਕੀ ਹਾਲਾਤ? ਬਹੁਤ ਅੱਛੇ ਆਦਮੀ ਸੀਗੇ, ਬੜੇ ਅੱਛੇ ਵਪਾਰੀ ਸੀਗੇ ਜਨਾਬ, ਬੜੇ ਟਾਪ ਕਲਾਸ ਦੇ ਰਾਵੀ ਦੇ ਮਸ਼ਹੂਰ ਮਰੂਫ. ਅੱਛਾ ਰਾਵੀ ਦੀ ਮਾਝੀ ਪਸੰਦ ਕਰਦੇ? ਰਾਵੀ ਦੀ ਮਾਝ ਜੋ ਬੜੀ ਪਸੰਦ ਕਰਦੇ ਸੀ ਜੀ, ਰਾਵੀ ਦੀ ਉਹਨਾਂ ਦੀ ਖਰੀਦ ਸੀਗੀ. ਕਮਾਲੀਆ ਲੈਵਲ ਤੇ ਉਹ ਮੌਲਾ ਜੱਟ ਆਂ. ਹਾਂਜੀ ਮੌਲਾ ਜੱਟ ਵਾਂਗਾ. ਹਾਂਜੀ ਮੌਲਾ ਜੱਟ ਨਾਲ ਵੀ ਟਾਪ ਦੇ ਸੀ. ਇਹਨਾਂ ਦਾ ਸ਼ੌਕ ਬੜਾ ਹਾਈ ਕਲਾਸ ਹੈ? ਹਾਂਜੀ ਇਹਨਾਂ ਦਾ ਸ਼ੌਕ ਬੜਾ ਹਾਈ ਕਲਾਸ ਦਾ. ਕਿੰਨਾ ਅਰਸਾ ਤੁਹਾਡਾ ਉਸਤਾਦ ਰਹਿਣ? 10 ਸਾਲ ਰਹਿਣ ਜੀ. ਇਹ ਕਿੰਨਾ ਅਰਸਾ ਪਹਿਲੇ ਤੁਹਾਡੇ ਉਸਤਾਦ ਆਣ? ਹੁਣ ਤੋਂ ਕਿੰਨੇ ਸਾਲ ਪਹਿਲੇ ਦੀ ਗੱਲ? ਇਸ ਤੋਂ ਹੀ ਜਨਾਬ ਤਕਰੀਬਨ 15-20 ਸਾਲ ਹੋ ਗਏ ਆ. ਤੇ ਉਹ ਕਿਵੇਂ ਦੀ ਮਾਝ ਤੁਹਾਡਾ ਉਸਤਾਦ ਪਸੰਦ ਕਰਦਾ? ਸਾਡਾ ਉਸਤਾਦ ਜੀ ਮਾਝ ਜਨਾਬ ਬੜੀ ਅੱਛੀ ਪਸੰਦ ਕਰਦਾ ਸੀ, ਮਾਝ ਦੀਆਂ ਹੱਡੀਆਂ ਚੈੱਕ ਕਰਦਾ ਸੀ, ਮਾਝ ਦਾ ਥਣ ਚੱਡਾ ਚੈੱਕ ਕਰਦਾ ਸੀ, ਮਾਝ ਦੇ ਵਜੂਦ ਨੂੰ ਚੈੱਕ ਕਰਦਾ ਸੀ ਵੀ ਅੱਗੋਂ ਪਿੱਛੋਂ ਮਾਝ ਕਿਵੇਂ ਆ, ਪਿੱਛੋਂ ਅੱਗੋਂ ਪਿੱਛੋਂ ਖੁੱਲੀ ਆ, ਅੱਗੋਂ ਮੈਂ ਬਰੀਕ ਹੈ ਪਤਲੀ ਹੈ, ਅੱਖਾਂ ਵਗੈਰਾ ਸਿੰਘ ਤੇ ਅੱਖਾਂ ਜਨਾਬ ਮੇਰੀ ਮਾਝ ਦੀਆਂ ਚਿੱਟੀਆਂ ਨੂੰ ਜ਼ਿਆਦਾ ਪਸੰਦ ਕਰਦਾ ਸੀ, ਮਾਝ ਦੇ ਟੋਰੇ ਨੂੰ ਬੜਾ ਪਸੰਦ ਕਰਦਾ. ਤੇ ਮਾਝ ਰਾਵੀ ਦੀ ਲੈਂਦਾ ਜਾਂ ਨੀਲੀ ਦੀ ਲੈਂਦਾ? ਰਾਵੀ ਦੀ ਮੈਂ ਜ਼ਿਆਦਾ ਲੈਂਦਾ ਸੀਗਾ, ਨੀਲੀ ਤੋਂ ਵੀ ਲਿਆਇਆ ਸੀ ਮੱਝਾਂ. ਨੀਲੀ ਤੂੰ ਕਿੰਨੀਆਂ ਤੁਹਾਡੇ ਉਸਤਾਦ ਮੱਝਾਂ ਲਿਆਉਂਦੀਆਂ? ਮੱਝਾਂ ਲਿਆਉਂਦੇ ਰਹਿੰਦੇ ਸੀ, ਅਕਸਰ ਜਾਂਦੇ ਸੀਗੇ ਕਦੇ ਨਾ ਕਦੇ ਜਾ ਕੇ ਜਨਾਬ 5-6 ਮਹੀਨੇ ਗੱਡੀ ਮੱਝਾਂ ਦੀ ਲਿਆਉਂਦੇ ਸੀਗੇ. ਅੱਛਾ ਤੇ ਚੰਗੀਆਂ ਮੱਝਾਂ ਦੀ ਲਿਆਉਂਦੇ? ਤੇ ਰਾਵੀ ਦੀ ਮੱਝਾਂ ਤੁਸੀਂ ਕਮਾਲੀਏ ਲੈਵਲ ਦੀ ਚੰਗੀਆਂ ਪਾਈਆਂ? ਕਮਾਲੀ ਚ ਬਹੁਤ ਅੱਛੀਆਂ ਮੱਝਾਂ ਨੇ? ਬਹੁਤ ਅੱਛੀਆਂ ਮੈਂ ਪਾਈਆਂ. ਅੱਛਾ ਤੇ ਉਹਨਾਂ ਦਾ ਜਿਹੜਾ ਵਪਾਰ ਆ ਤੁਹਾਡੇ ਉਸਤਾਦ ਬੱਗਾ ਡੋਗਰ ਦਾ? ਹਾਂਜੀ ਉਹ ਹਾਈ ਕਲਾਸ ਦਾ? ਹਾਈ ਕਲਾਸ ਦਾ ਸੀ, ਬੜਾ ਮਸ਼ਹੂਰ ਮਰੂਫ ਵਪਾਰ. ਮੱਝਾਂ ਕਿਹਦੇ ਕਿਹਦੇ ਲਾਏ ਜਾਂਦੇ ਆ? ਉਹ ਮੱਝਾਂ ਹੀ ਲਾਹੌਰ ਕਰਾਚੀ ਲੈ ਕੇ ਜਾਂਦੇ ਸੀ. ਅੱਛਾ ਹਾਂਜੀ ਕਿੰਨੀਆਂ ਕਿੰਨੀਆਂ ਲਾਏ ਜਾਂਦੇ ਆ? ਉਹ ਮੱਝਾਂ ਜੀ ਮਹੀਨੇ ਦੇ 5-6 ਗੱਡੀਆਂ ਕੱਢਦੇ ਸੀਗੇ. ਲਾਹੌਰ ਜਾਂ ਕਰਾਚੀ? ਹਾਂਜੀ ਕਰਾਚੀ. ਸਹੀ ਹੋ ਗਿਆ, ਚੰਗਾ ਵਸੀ ਹੋ ਰਹੀ ਜ਼ੋਨਾਂ ਦਾ ਕੰਮ ਆ. ਬਹੁਤ ਬਹੁਤ ਵਸੀ ਕਾਰੋਬਾਰ ਸੀ. ਤੁਹਾਡਾ ਸ਼ੌਕ ਕਿਸ ਲੈਵਲ ਦਾ ਇਹ ਦੱਸੋ? ਸਾਡਾ ਜੀ ਇਨਸ਼ਾਅੱਲਾ ਅਲਹਮਦੁਲਿਲਾ ਬਹੁਤ ਅੱਛਾ ਹੈ. ਸਹੀ ਘਰ ਰੱਖ ਕੇ ਮੱਝਾਂ ਨੂੰ ਜਨਾਬੇ ਲਈ ਜਿਹੜਾ ਹੈ ਨਾ ਚੰਗੀ ਤੋਂ ਚੰਗੀ ਮਾਝ ਲੈ ਕੇ ਆਪਦਾ ਸ਼ੌਕ ਬਣਾਇਆ. ਅੱਛਾ ਹਾਂਜੀ ਇਸ ਟਾਈਮ ਕਿਹੜੀ ਕਿਹੜੀ ਮੱਝਾਂ ਤੁਹਾਡੇ ਖੜੀਆਂ? ਮੇਰੇ ਕੋਲ ਇਸ ਟਾਈਮ ਖੜੀਆਂ ਜੀ ਮਾਰ ਇਮਦਾਦ ਵਾਲੀਆਂ ਮੱਝਾਂ ਜਨਾਬ ਲਈ, ਦੋ ਮਤਲਬ ਕਿ ਬੂਰੀਆਂ ਮੱਝਾਂ. ਅੱਛਾ ਇੱਕ ਕਾਲੀ ਪਹਿਲਣ ਝੋਟੀ ਹੈ, ਇੱਕ ਮੇਰੀ ਰਾਵੀ ਦੀ ਝੋਟੀ ਹੈ. ਸਹੀ ਜੀ ਹਾਂਜੀ ਪਿਓਰ ਰਾਵੀ ਦੀ? ਪਿਓਰ ਰਾਵੀ ਦੀ.
इंशाल्लाह रावी दी मैं दा रिजल्ट बहुत चंगा। तुसी रावी दी माज नु क्यों पसंद करदे हो? रावी दी माज सोहनी बहुत हुंदी है जी, दुध दी लाम बड़ी रखदी है। की सुनाब तुसी वेख्या माज दे जनाब लई? सुनाब पे वेख्या है कि माज दे विच जनाब लई हुसन बड़ा। अच्छा, बारीकी बड़ी है। पूछ तो लाग के नाक ताई की खूबसूरती आ गई? पूछ तो लाग के नाक ताई दी पूछ दी जनाब लई 4-5 गेट डेढ़ उच्ची होएगी जमीन नालों। सही है। बाकी जनाब अली माज दे अगे पिछे नु जनाब अली देख ली, माज पिछो खुली अगो पतली होएगी। जमीन ना नहीं लगदी पूछ इना दी? नहीं जी, जमीन तो अगे टुची होएगी। अच्छा, केड़ी केड़े मशहूर घराने रावी दे मच्चां दे लिहाज? रावी दे जनाब अली सोटी ते अल्लू आने मशहूर, ते दुल्ला दुल्ला कालिया। अच्छा, हांजी बहुत मशहूर मरूफ जनाब रहे इना दी मस्जिद सब तो ज्यादा मशहूर है जी। इना मस्जिद की खसलत है की? इना मस्जिद की खसलत ए है जी, ए मज्जां जनाब अली अच्छियां असील मज्जां बड़ियां। खानदानी मई टुरिया हुंदियां इको लाइन दियां। सही। ते मज्जां दे रिजल्ट बड़े आ जनाब। दर्शन किवें दे? दर्शन सोहणे। मज्जां दुध लो किवें आ तुसीं पाईआं? दुध दे रिजल्ट मज्जां दे रिकॉर्ड आ जी। रावी दी माज दा दुध दा की हाल है? रावी दे मोज दे इहनां जिहड़ियां तैनूं घरानियां दे मज्जां दस्सियां जी, इह बड़ियां रिकॉर्ड जाफ्ता मज्जां। अच्छा, हांजी सही। रावी ते नीली च को फर्क तुसीं दस्सो? फर्क है जी इहनां दे मज्जां दा, उहनां दा की फर्क? रावी दी मई दा जनाब अली फर्क ए है, मज्जां दा शुरू तो जनाब बड़ा स्टेप हुंदा दुध। साडियां मज्जियां जी 20-22 महीने तक जिहड़ियां ना मज्जां दुध दी लाम रखदियां। सही। हांजी, तुसीं नीली तों ही मज्जां लियांदियां? कोई नहीं लियांदियां जी। ਕਿੱਥੋਂ ਕਿੱਥੋਂ ਲਿਆਂਦੇ? ਕਿਹੜੇ ਘਰ? ਇਹ ਅਸੀਂ ਲਿਆਂਦੀਆਂ ਸੀ, ਲੁੱਡਣ ਅੱਡੇ ਦੇ ਨਾਲ ਆ ਜੀ, ਪਰਲੇ ਪਾਸੇ ਬੈਠੇ ਆ ਜੀ, ਨਾਲ ਸੰਪਾਲ ਦੁਲਤਾਣੇ ਦੁਲਤਾਣੇ ਦੁਲਤਾਣਿਆਂ ਤੋਂ ਮੱਝਾਂ ਲਿਆਂਦੀਆਂ ਸੀ। ਹੋਰ ਕੋਈ ਮਸ਼ਹੂਰ ਘਰ? ਹੋਰ ਮੱਝ ਵੀ ਹੈਗੇ ਉੱਥੇ ਜਨਾਬ ਅਲੀ ਖੱਗੇ ਆ, ਦੂਸਰੇ ਆਪਣੇ ਬੈਠੇ ਆ ਆਪਣੇ ਘੋਗੇ ਦੁਲਤਾਣੇ ਕੇ। ਅੱਛਾ, ਤੇ ਨੀਲੀ ਦੀ ਮਾਝ ਨੂੰ ਚੰਗਾ ਕਿਉਂ ਨਹੀਂ ਸਮਝਦੇ ਤੁਸੀਂ? ਨਹੀਂ ਜਨਾਬ, ਨੀਲੀ ਦੀ ਮਾਝ ਚੰਗੀ ਕਿਉਂ ਨਹੀਂ ਸਮਝਦੇ? ਚੰਗੀ ਆ ਮਾਝ, ਬਾਰਲ ਮਾਝ ਥੋੜੀ ਜਿਹੀ ਗਰਮ ਹੈ। ਅੱਛਾ, ਗੁੱਸਾ ਕਰਦੀ? ਗੁੱਸਾ ਕਰਦੀ ਹੈ। ਸਹੀ। ਹਾਂਜੀ, ਸਾਡੀ ਮਾਝ ਰਾਵੀ ਦੀ ਰਾਵੀ ਦੀ ਆ। ਹੱਡੀਆਂ ਕਿਵੇਂ ਰਾਵੀ ਦੀ ਮਾਝ ਦੀਆਂ? ਹੱਡੀਆਂ ਰਾਵੀ ਦੀ ਮਾਝ ਦੀਆਂ ਬਹੁਤ ਪਿਆਰੀਆਂ। ਡਾਕਾਂ ਕਿਵੇਂ ਨੇ? ਡਾਕਾਂ ਮਾਝ ਦੀਆਂ ਵੱਡੀਆਂ ਹੋਣਗੀਆਂ। ਪੂਛ? ਪੂਛ ਮਾਝ ਦੀ ਗੇਟ ਉੱਚੀ ਹੋਏਗੀ ਜ਼ਮੀਨ ਨਾਲ। ਥਾਣ ਚੱਡਾ? ਥਾਣ ਚੱਡਾ ਮੋਟ ਮੋਟ ਦਾ। ਅੱਛਾ, ਤੇ ਇਹਦਾ ਜਨਾਬ ਵੱਖੀ ਵਗੈਰਾ? ਵੱਖੀ ਛੋਟੀ ਹੋਏਗੀ। ਵੇਲ? ਵੇਲ ਲੰਬੀ ਹੋਏਗੀ। ਕਾਦ ਕੂਦ ਕਿਵੇਂ? ਕਾਦ ਵੀ ਚੰਗਾ ਹੋਏਗਾ ਮਾਝ ਦਾ। ਤੇ ਗਰਦਨ ਵਗੈਰਾ? ਗਰਦਨ ਮਾਝ ਦੀ ਪਤਲੀ ਲੰਬੀ। ਅੱਛਾ, ਅੱਗੇ ਤੁਹਾਨੂੰ ਪੁੱਛਣਾ ਸਵਾਲ ਕਿ ਇੱਕ ਅੱਡੀ ਤੇ ਤਿੰਨ ਅੱਡੀਆਂ ਚ ਕੀ ਮਸਲਾ ਫਰਕ? ਇਹ ਥੋੜੇ ਜਿਹਾ ਕਹਿੰਦੇ ਆ ਵੀ ਦੁੱਧ ਦਾ ਫਰਕ ਪਾਉਂਦੀ ਹੈ। ਅੱਛਾ, ਹਾਂਜੀ, ਕਿ ਇੱਕ ਅੱਡੀ ਨੂੰ ਜ਼ਿਆਦਾ ਪਸੰਦ ਵੀ ਇੱਕ ਅੱਡੀ ਨੂੰ ਜ਼ਿਆਦਾ ਕਰਦੇ ਆ। ਅੱਛਾ ਅੱਛਾ, ਕਾਲੀਆਂ ਅੱਖਾਂ ਤੁਸੀਂ ਮੱਝਾਂ ਦੇ ਪਸੰਦ ਕਰਦੇ ਹੋ ਜੀ? ਚਿੱਟੀਆਂ? ਚਿੱਟੀ ਅੱਖ ਜ਼ਿਆਦਾ, ਕਾਲੀ ਚਿੱਟੀ? ਚਿੱਟੀ ਬਿੱਲੀ? ਹਾਂਜੀ, ਬਿੱਲੀ ਅੱਖ ਬੜੀ। ਸਿੰਘ ਕਿਵੇਂ ਦਾ ਹੋਣਾ ਚਾਹੀਦਾ? ਸਿੰਘ ਛੋਟਾ ਹੋਣਾ ਚਾਹੀਦਾ, ਚੁੱਬੀ ਦਾ। ਅੱਛਾ, ਹਾਂਜੀ, ਖੱਬੀ ਸਿੰਘ। ਕੰਨ ਕਿਵੇਂ ਦੇ ਹੋਣੇ ਚਾਹੀਦੇ? ਕੰਨ ਮਾਝ ਦਾ ਹੋਣਾ ਚਾਹੀਦਾ ਜਨਾਬ ਲਈ ਲੰਬਾ। ਅੱਛਾ, ਖੁੱਲਾ ਵੀ ਹੋਣਾ ਚਾਹੀਦਾ? ਖੁੱਲਾ ਵੀ ਹੋਣਾ ਚਾਹੀਦਾ। ਅੱਛਾ, ਲੰਬੇ ਕੰਨ ਤੋਂ ਮਾਝ ਸੋਹਣੀ ਲੱਗਦੀ। ਸਹੀ। ਥਾਣ ਚੱਡਾ? ਥਾਣ ਚੱਡਾ ਜਨਾਬ ਲਈ ਚੰਗਾ ਹੋਵੇ, ਨਿੱਕਾ ਨਿੱਕਾ ਥਾਣ ਹੋਵੇ, ਮੋਟ ਮੋਟ ਦਾ। ਅੱਛਾ, ਹੁਣ ਮੈਂ ਇੱਕ ਨਕੋਈ ਕਰ ਰਿਹਾ ਨੀਲੀਆਂ ਦੇ ਮਜਬੂਰਨ ਕਿ ਕੁਝ ਮਸ਼ਹੂਰ ਘਰਾਂ ਦੀ ਮੱਝਾਂ ਜਿਹੜੀਆਂ ਨਾ ਉਹਨਾਂ ਦੇ ਜਿਵੇਂ ਖੱਬੜ ਜਾਂ ਸੋਭ ਹੁੰਦੇ ਨੇ ਇਸ ਤਰ੍ਹਾਂ ਦੇ? ਹਾਂਜੀ, ਪੁੱਛਣ ਹੁੰਦੇ ਮੋਟੇ ਪੂਜ ਦੀ ਮਾਝ ਦੁੱਧ ਤੇ ਨਹੀਂ ਆਉਂਦੀ। ਉਹਦਾ ਹੁਸਨ ਨੀ ਮਾਝ ਦਾ ਬਣਦਾ, ਪੁੱਛਣ ਮੋਟੇ ਮੱਝ ਨਹੀਂ ਕਹਾਉਂਦੇ। ਹਾਂਜੀ, ਮੱਝ ਹੁੰਦੀ ਆ ਪੁੱਛਣ ਨਾਲ, ਮਾਝ ਦਾ ਪੁੱਛਣ ਹੋਵੇ ਬਰੀ। ਅੱਛਾ, ਹਾਂਜੀ, ਇਹ ਸਾਰਾ ਇਕੱਠਾ ਕਰੋ ਤੇ ਜੇਬ ਚ ਪਾ ਲਓ। ਤੁਹਾਡੀ ਜ਼ਿੰਦਗੀ ਦਾ ਨਿਚੋੜ ਵੀ ਰਾਵੀ ਦੀ ਮਾਝ ਚੰਗੀ? ਸਾਡਾ ਨਿਚੋੜ ਹੈ ਜੀ ਰਾਵੀ ਦੀ ਮਾਝ ਦੀ ਲਾਂ, ਹਰ ਗੱਲ ਮਾਝ ਦੀ ਬਹੁਤ ਚੰਗੀ। ਤੁਸੀਂ ਅੱਗੇ ਕਹਿ ਰਹੇ ਬਾਜੀ ਸ਼ੌਕਰ ਡੋਗਰ ਵੀ ਰਾਵੀ ਦੀ ਮਾਝ ਤਰੀਫ? ਹਾਂਜੀ, ਰਾਵੀ ਦੀ ਮਾਝ ਦਾ ਰਿਜ਼ਲਟ, ਉਹਨੇ ਵੀ ਰਾਵੀ ਦੀ ਮਾਝ ਦਾ ਰਿਜ਼ਲਟ ਲਿਆ। ਅੱਛਾ, ਹਾਂਜੀ, ਸ਼ੌਕਤ ਨੇ ਵੀ ਸਾਡੀ ਰਾਵੀ ਦੇ ਮਾਝ ਦੇ ਨਾਂ ਤੋਂ ਨਾਂ ਕਢਾਇਆ। ਉਸਤਾਦ ਬੱਗਾ ਡੋਗਰ ਕਿਹੜੇ ਕਿਹੜੇ ਰਾਵੀ ਦੇ ਘਰਾਣੇ ਕੋਲ ਮੱਝਾਂ ਲੈ ਚੁੱਕਿਆ ਜੀ? ਉਹ ਜਨਾਬ ਸਾਰੀ ਰਾਵੀ ਮਾਝ ਦੀਆਂ ਖਰੀਦਦਾ ਹੁੰਦਾ ਸੀਗਾ, ਕੋਈ ਪਾਸਾ ਨਹੀਂ ਛੱਡਿਆ। ਹਾਂਜੀ, ਉਹਨੇ ਕੋਈ ਪਾਸਾ ਨਹੀਂ ਛੱਡਿਆ, ਤੇ ਬੱਗਾ ਬੜੇ ਨਾਮਵਰ ਵਪਾਰੀ ਸੀਗਾ, ਬਾਹਰ ਅੰਦਰ ਇਲਾਕਿਆਂ ਦੇ ਵਿੱਚ ਮਸ਼ਹੂਰੀ ਸੀ ਉਹਦੀ ਬੜੀ। ਇਮਦਾਦ ਹੋਰਾਂ ਕੋਲ ਵੀ ਮੱਝਾਂ ਲੈਂਦਾ? ਇਮਦਾਦ ਕੋਲੋਂ ਵੀ ਮੱਝਾਂ ਉਹਨੇ ਲਈ। ਇਮਦਾਦ ਨੂੰ ਮੱਝਾਂ ਦੀ ਨਸਲ ਵੀ ਉਹਨੇ ਦੁਲਤਾਣਿਆਂ ਦੀ ਉਸਨੇ ਬਣਾ ਕੇ, ਸੰਪਾਲਾਂ ਦੀ? ਸੰਪਾਲਾਂ ਦੀ, ਹਾਂਜੀ, ਸੰਪਾਲ ਬੱਗੇ ਦੇ ਬੇਲੀ ਸੀਗੇ, ਤੇ ਬੱਗੇ ਨੂੰ ਉਹਨਾਂ ਨੇ ਇੱਕ ਤੋਹਫਾ ਦਿੱਤਾ ਸੀਗਾ। ਅੱਛਾ, ਉਹ ਤੋਹਫੇ ਤੋਂ ਤੇ ਫਿਰ ਇੰਦਾਜ਼ ਸਾਹਿਬ ਦਾ ਵਾਲਦ ਨੂਰ ਜਿਹੜਾ ਹੈਗਾ ਉਹ ਲੈ ਕੇ ਗਿਆ ਸੀਗਾ, ਤੇ ਉੱਥੋਂ ਉਹਨੇ ਅੱਜ ਤੋਂ 30-40 ਸਾਲ ਤੋਂ ਬਈ ਉਹਦੇ ਕੋਲ ਮੱਝਾਂ ਦੀ ਇਹ ਬੜੀ ਅੱਛੀ ਬਲੱਡ ਲਾਈਨ ਹੁੰਦੀ ਪਈ। ਸਹੀ, ਹਾਂਜੀ, ਬੜੀ ਮਸ਼ਹੂਰ ਮਰੂਫ। ਅੱਛਾ, ਜਿਹੜੀ ਮਸ਼ਹੂਰ ਰਾਵੀ ਦੀ ਬਲੱਡ ਲਾਈਨ ਹੈ ਇਹਨਾਂ ਦਾ ਕੋਈ ਡਾਟਾ ਦੱਸ ਦਿਓ ਕੋਈ ਕੀ ਖਸਲ? ਇਹਨਾਂ ਦਾ ਡੇਟਾ ਇਹ ਹੈ ਜੀ ਜਨਾਬ, ਜਿਹੜਾ ਸੀਗਾ ਆਪਣਾ ਅਬਦੁੱਲਾ ਕਾਲੀਆ, ਇਹਦੇ ਕੋਲ ਜਨਾਬ ਚੰਗੇ ਚੰਗੇ ਝੋਟੇ ਹੁੰਦੇ ਸੀ ਸਾਡੇ ਇਲਾਕੇ ਦੇ। ਅੱਛਾ, ਇਹਦੇ ਕੋਲੋਂ ਜਨਾਬ ਅਸੀਂ ਇਹਨਾਂ ਦੇ ਮਾਲ ਤੋਂ ਜਨਾਬ ਜੀ
मतलब के काफी सारी ब्रीडिंग बनाई हुई थी। इन्हें को खरीदे रहे तुसी? इन्हें को असि खरीदते रहे हैं जी, इन्हों के झोटिया तो ब्रीडिंग बनाते रहे हैं। सही है, ते बड़ी चंगी चंगी माज जनाबली साढ़े कोल इत्थे रही है। सही, हाँ जी।